ਪ੍ਰਾਈਮ ਸ਼ਾ ਟੀਵੀ ਦੇਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟਿਹੜਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਖਬਰਾਂ ਬਹੁਤ ਸਾਰੀਆਂ ਨੇ ਪਰ ਸਭ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਕੁਝ ਕਥਾਵਾਂ ਤੇ ਮਾੜੀਆਂ ਮੋਟੀਆਂ ਜੀਆਂ ਕੜੀਆਂ ਪਈਆਂ ਉਦਾਂ ਪੰਜਾਬ ਦੇ ਵਿੱਚ ਮੌਸਮ ਲੰਘੇ ਕੱਲ ਸਾਫ਼ ਰਿਹਾ ਕਿਤੇ ਬਹੁਤੀ ਬੱਦਲੀ ਵਰੀ ਨਹੀਂ ਛਾਈ ਨਹੀਂ ਕਾਲੀ ਘਟਾ ਆਈ ਨਹੀਂ ਉਦਾਂ ਮੌਸਮ ਵਾਪਰੇ ਗੱਲ ਕਹਿੰਦਾ ਕਿ ਉਹਦੇ 24 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਛਿੱਟੇ ਪੈ ਸਕਦੇ ਲੰਗੇ ਕੱਲ ਪੰਜਾਬ ਦੇ ਵਿੱਚ ਹਮਸ ਜੀ ਸੀ ਹਿਊਮਿਡਿਟੀ ਸੀ ਤੇ ਤਾਜ਼ਾ ਮਾਰਦਾ ਸੀ ਪੰਜਾਬ ਦੇ ਵਿੱਚ ਧਰਤੀ 'ਤੇ ਪੜਾਸ਼ ਜੀ ਨਿਕਲਦੀ ਜਦੋਂ ਮੀਂਹ ਪੈਣ ਤੋਂ ਬਾਅਦ ਉਹੋ ਜਿਹਾ ਮਾਹੌਲ ਸੀ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਹਾਲੇ ਟਰੇਲਰ ਚੱਲਿਆ ਫਿਲਮ ਆਉਣੀ ਬਾਕੀ ਆ ਹਾਲੇ ਪਹਿਲਾ ਮੀਂਹ ਪਿਆ ਇਸ ਮੌਨਸੂਨ ਨੂੰ ਪਾਉਣ ਦਾ ਤੇ ਹਾਲੇ ਮੀਂਹ ਪੈਣੇ ਬਾਕੀ ਹਨ ਬਾਕੀ ਕਿੰਨੇ ਕਮੀ ਪੈਂਦੇ ਆ ਸਮਾਂ ਦੱਸੂਗਾ ਪਰ ਭਾਈ ਇਸ ਵੇਲੇ ਪੰਜਾਬ ਦੇ ਵਿੱਚ ਜਿੰਨੇ ਮੀਂਹ ਪੈਂਦੇ ਹੁੰਦੇ ਇਹਨਾਂ ਦਿਨਾਂ ਵਿੱਚ ਇਹਨਾਂ ਹਫ਼ਤਿਆਂ ਦੇ ਵਿੱਚ ਉਹਨੇ ਹਾਲੇ ਤੱਕ ਨਹੀਂ ਪਾਏ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਤਿੰਨ ਉਹਨਾਂ ਲੋਕਾਂ ਨਾਲ ਸੰਬੰਧਿਤ ਜਿਹੜੇ ਲੋਕਾਂ ਨੂੰ ਲੰਘੇ ਕੱਲ ਅਦਾਲਤ ਦੇ ਵੱਲੋਂ ਰਾਹਤ ਮਿਲੀ ਹੈ ਪਰ ਇਹਨਾਂ ਤਿੰਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਦੇਣੀ ਬਣਦੀ ਹੈ ਵਿਨੇਸ਼ ਫੁਗਾਟ ਦੇ ਬਾਰੇ ਉਹ ਕੁੜੀ ਜਿਹਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਉਹ ਕੁੜੀ ਜਿਹਨੇ ਕਿ 100 ਗ੍ਰਾਮ ਭਾਰ ਵਧਣ ਦੇ ਕਰਕੇ ਆਪਣਾ ਮੈਡਲ ਲੈਣ ਤੋਂ ਖੁੰਝ ਗਈ ਵਕਤੀ ਤੌਰ ਤੇ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਵੀ ਪੱਕੇ ਤੌਰ ਤੇ ਖੁੰਝ ਗਈ ਉਹ ਕੁੜੀ ਜਿਹਨੇ ਬਹੁਤ ਮਿਹਨਤ ਕੀਤੀ ਉਹ ਕੁੜੀ ਜਿਹਨੇ ਸਿਸਟਮ ਨਾਲ ਵੀ ਮੱਥਾ ਲਾਇਆ ਉਹ ਕੁੜੀ ਜਿਹੜੀ ਹਰਿਆਣੇ ਦੀ ਜੰਮੀ ਗਈ ਹੈ ਤੇ ਉਹ ਕੁੜੀ ਜਿਹੜੀ ਕਿ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਚੋਟੀ ਦੀਆਂ ਪਹਿਲਵਾਨਾਂ ਨੂੰ ਹਰਾ ਕੇ ਪਰੇ ਚਲਾ ਚਲਾ ਕੇ ਮਾਰਦੀ ਰਹੀ ਹੈ ਤੇ ਬਾਅਦ ਦੇ ਵਿੱਚ 100 ਗ੍ਰਾਮ ਭਾਰਵਲਣ ਦੇ ਕਰਕੇ ਤੇ ਜੋ ਜੋ ਕੁਝ ਹੁਣ ਤੱਕ ਹੋਇਆ ਆਪਾਂ ਜਾਣਦੇ ਆ ਪਹਿਲਾਂ ਇਸ ਗੱਲ ਦੀ ਆਸ ਸੀ ਕਿ 13 ਤਰੀਕ ਨੂੰ ਯਾਨੀ ਕਿ ਲੰਘੇ ਕੱਲ ਵਿਨੇਸ਼ ਫੁਗਾਟ ਦੇ ਮਾਮਲੇ ਉੱਤੇ ਚਾਂਦੀ ਦੇ ਮੈਡਲ ਦੇ ਮਾਮਲੇ ਦੇ ਉੱਤੇ ਅੰਤਰਰਾਸ਼ਟਰੀ ਖੇਡ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਜਾਣਾ ਪਰ ਇਹ ਫੈਸਲਾ ਫਿਰ ਟਾਲ ਦਿੱਤਾ ਗਿਆ ਤੁਹਾਨੂੰ ਚੇਤੇ ਹੋਣਾ ਪਹਿਲਾਂ ਇਹ 9 ਅਗਸਤ ਨੂੰ ਫੈਸਲਾ ਸੁਣਾਇਆ ਜਾਣਾ ਸੀ 9 ਅਗਸਤ ਨੂੰ ਅਦਾਲਤ ਨੇ ਸੁਣਵਾਈ ਕਰਕੇ 10 ਅਗਸਤ ਤੇ ਗੱਲ ਪਾਤੀ 10 ਅਗਸਤ ਨੂੰ 13 ਅਗਸਤ ਤੇ ਗੱਲ ਪਾਤੀ 13 ਅਗਸਤ ਨੂੰ 17 ਅਗਸਤ ਦੇ ਉੱਤੇ ਗੱਲ ਪੈਗੀ ਤੇ ਹੁਣ 17 ਅਗਸਤ ਨੂੰ ਫੈਸਲਾ ਸੁਣਾਇਆ ਜਾਊਗਾ 17 ਅਗਸਤ ਨੂੰ ਰਾਤੀ 9:30 ਵਜੇ ਅੰਤਰਰਾਸ਼ਟਰੀ ਖੇਡ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਜਾਊਗਾ ਕਿ ਚਾਂਦੀ ਦਾ ਮੈਡਲ ਝੋਲੀ ਦੇ ਵਿੱਚ ਪੈਂਦਾ ਕਿ ਨਹੀਂ ਪੈਂਦਾ ਵਿਨੇਸ਼ ਫੁਗਾਟ ਦੇ ਉਸ ਦਿਨ ਪਤਾ ਲੱਗੂਗਾ ਕਿ ਭਾਰਤ ਦੇ ਮੈਡਲਾਂ ਦੇ ਵਿੱਚ ਇੱਕ ਗਿਣਤੀ ਦੇ ਵਿੱਚ ਵਾਧਾ ਜਾਂ ਫਿਰ ਉਹ ਨਹੀਂ ਰਹਿੰਦੇ ਆ ਵਿਨੇਸ਼ ਫੁਗਾਟ ਚਾਹੀ ਚਾਹੀ ਖੁਸ਼ੀ ਖੁਸ਼ੀ ਮੈਡਲ ਝੋਲੀ ਦੇ ਵਿੱਚ ਪੈਣ ਕਰਕੇ ਭਾਰਤ ਦੇ ਵਿੱਚ ਪਰਤਦੀ ਹੈ ਜਾਂ ਫਿਰ ਉਸ ਵਿਚਾਰੀ ਨੂੰ ਮਯੂਸੀ ਦਾ ਸਾਹਮਣਾ ਕਰਨਾ ਪਊਗਾ ਉਹਦਾ ਵੈਸੇ ਮੈਂ ਇਸ ਗੱਲ ਦੇ ਉੱਤੇ ਧੰਨਵਾਦ ਵੀ ਕਰਨਾ ਤੇ ਮੈਂ ਇਸ ਗੱਲ ਨੂੰ ਸ਼ਾਬਾਸ਼ ਵੀ ਦਿਨਾ ਹਰਿਆਣੇ ਦੀਆਂ ਖਾ ਪੰਚਾਇਤਾਂ ਦੇ ਵਿੱਚੋਂ ਕੁਝ ਇੱਕ ਨੀ ਗੱਲ ਕਹੀ ਆ ਅਸੀਂ ਇਸ ਕੁੜੀ ਨੂੰ 11 ਲੱਖ ਰੁਪਈਆ ਦੇਣ ਦਾ ਐਲਾਨ ਕਰਦੇ ਆ 2 ਏਕੜ ਜ਼ਮੀਨ ਦੇਣ ਦਾ ਐਲਾਨ ਕਰਦੇ ਆ ਉਹਨੂੰ ਅਸੀਂ ਕਹਿੰਨੇ ਵੀ ਪਾਈ ਆਪਣੀ ਅਕੈਡਮੀ ਖੋਲ ਅਸੀਂ ਤੇਰੇ ਨਾਲ ਖੜੇ ਆ ਹਰਿਆਣੇ ਦੀ ਸਰਕਾਰ ਨੇ ਗੱਲ ਕਹੀ ਆ ਕਿ ਚਾਂਦੀ ਦਾ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਹਰਿਆਣੇ ਦੀ ਸਰਕਾਰ ਜਿਹੜੇ ਜਿਹੜੇ ਇਨਾਮ ਸਨਮਾਨ ਦਿੰਦੀ ਆ ਉਹ ਸਾਰੇ ਅਸੀਂ ਇਸ ਕੁੜੀ ਨੂੰ ਦੇਵਾਂਗੇ ਭਾਵੇਂ ਉਹ ਸਨਮਾਨ ਮਿਲ ਜਾਣਗੇ ਭਾਰਤ ਦੇ ਲੋਕਾਂ ਨੇ ਦਿਲ ਦੇ ਵਿੱਚ ਬਹੁਤ ਵੱਡਾ ਸਨਮਾਨ ਆ ਉਸ ਬੱਚੀ ਦੇ ਲਈ ਉਸ ਧੀ ਦੇ ਲਈ ਪਰ ਮੈਡਲ ਮੈਡਲ ਹੁੰਦਾ ਕੁੜੀ ਦੀ ਮਾਇੂਸੀ ਨੂੰ ਉਹਦੀ ਖਾਮੋਸ਼ੀ ਨੂੰ ਉਹਦੀ ਬੇਦਨਾ ਨੂੰ ਉਹਦੀ ਭਾਵਨਾ ਨੂੰ ਸਮਝਣ ਦੀ ਲੋੜ ਹੈ ਗੱਲ ਇਹ ਨਹੀਂ ਕਿ ਉਹਦੀ ਝੋਲੀ ਦੇ ਵਿੱਚ 5 ਕਰੋੜ ਪਾਤਾ 20 ਕਰੋੜ ਪਾਤਾ ਗੱਲ ਇਹ ਹੈ ਵੀ ਟੀਸੀ ਦੇ ਉੱਤੇ ਹੱਥ ਪੈਂਦਾ ਪੈਂਦਾ ਕਿਵੇਂ ਰਹਿ ਗਿਆ ਤੇ 올림픽 ਦੇ ਵਿੱਚ ਇਸ ਥਾਂ ਦੇ ਉੱਤੇ ਪਹੁੰਚ ਕੇ ਤੇ ਹੱਥ ਪੈਂਦਾ ਪੈਂਦਾ ਰਹਿ ਜਾਣਾ ਇਹ ਆਖਰੀ ਸਾਹ ਤੱਕ ਜਿਹੜਾ ਬੰਦੇ ਨੂੰ ਗਮ ਰਹਿੰਦਾ ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ ਵੀ ਇਹ ਕਿੰਨੀ ਵੱਡੀ ਗੱਲ ਹੋ ਗਈ ਆ ਪਰ ਅਸੀਂ ਫੇਰ ਵੀ ਇਸ ਕੁੜੀ ਦੀ ਚੰਗੀ ਜ਼ਿੰਦਗੀ ਦੀ ਸੋਹਣੇ ਭਵਿੱਖ ਦੀ ਕਾਮਨਾ ਕਰਦੇ ਆਂ ਉਧਰ ਇਹ ਵੀ ਪਤਾ ਲੱਗਾ ਜੀ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੀ ਕਿ ਇਸ ਵੇਲੇ ਭਾਰਤ ਦੇ ਵਿੱਚ ਹੈ ਉਹਨੇ ਇਹ ਗੱਲ ਕਹੀ ਹੈ ਕਿ ਮੇਰੇ ਨਾਲ ਜ਼ਿਆਦਤੀ ਤੇ ਧੋਖਾ ਹੋਇਆ ਉਹਨੇ ਇਹ ਗੱਲ ਕਹੀ ਹੈ ਕਿ ਇੱਕ ਨਾ ਇੱਕ ਦਿਨ ਮੈਂ ਮੁੜ ਕੇ ਬੰਗਲਾਦੇਸ਼ ਦੇ ਵਿੱਚ ਵਾਪਸੀ ਕਰੂੰਗੀ ਉਹਨੇ ਇਹ ਗੱਲ ਕਹੀ ਹੈ ਕਿ ਮੇਰੇ ਪਿਤਾ ਜਿਨ੍ਹਾਂ ਨੂੰ ਕਿ 1975 ਦੇ ਵਿੱਚ ਗੋਲੀ ਮਾਰ ਕੇ 15 ਅਗਸਤ ਨੂੰ ਤੇ ਮਾਰ ਦਿੱਤਾ ਗਿਆ ਸੀ ਮੈਂ ਬੰਗਲਾਦੇਸ਼ ਦੇ ਲੋਕਾਂ ਨੂੰ ਇਸ ਗੱਲ ਦੀ ਬੇਨਤੀ ਕਰਨੀ ਆ ਕਿ ਤੁਸੀਂ 15 ਅਗਸਤ ਨੂੰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੋ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੋ ਕੁਝ ਉੱਥੇ ਦੰਗੇ ਹੋਏ ਆ, ਜੋ ਉੱਥੇ ਮਾਹੌਲ ਭੜਕਿਆ, ਜੋ ਉੱਥੇ ਅਰਾਜਕਤਾ ਫੈਲੀ ਆ, ਉਹਦੇ ਕਰਕੇ ਜਿਹੜੇ-ਜਿਹੜੇ ਲੋਕਾਂ ਦੀ ਮੌਤ ਹੋਈ ਆ ਮੈਂ ਉਹਨਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨੀ ਆ। ਸੋ ਉਹਨਾਂ ਨੇ ਇਹ ਗੱਲ ਕਹੀ ਆ। ਉਧਰ ਬੰਗਲਾਦੇਸ਼ ਦੇ ਨਵੇਂ ਬਣੇ ਹੋਏ ਗ੍ਰਹਿ ਵਿਭਾਗ ਦੇ ਮੰਤਰੀ ਨੇ ਗੱਲ ਕਹੀ ਆ ਕਿ ਭਾਰਤ ਸਾਡੇ ਮਾਮਲੇ 'ਚ ਦਖਲ ਨਾ ਦੇਵੇ, ਜਾਂ ਤਾਂ ਚੁੱਪ ਰਵੇ ਤੇ ਜਾਂ ਫਿਰ ਸਹਿਯੋਗ ਦੇਵੇ। ਪਰ ਦਖਲ ਬਿਲਕੁਲ ਨਾ ਦੇਵੇ ਮਤਲਬ ਸ਼ਰਤਾਂ ਦੇ ਉੱਤੇ ਉਹਨਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਵੀ ਸਹਿਯੋਗ ਦੇਣਾ ਤੁਹਾਡੀ ਮਰਜ਼ੀ ਹੈ ਪਰ ਦਖਲ ਨਹੀਂ ਦੇਣਾ ਕਿਸੇ ਵੀ ਮਸਲੇ ਦੇ ਵਿੱਚ ਉਂਗਲ ਨਹੀਂ ਕਰਨੀ ਤੇ ਉਹਨਾਂ ਨੇ ਕਿਹਾ ਜੀ ਕਿ ਜਾਂ ਤਾਂ ਚੁੱਪ ਰਹਿਓ ਸ਼ਾਂਤ ਰਹੋ ਪਰੇ ਰਹੋ ਤੇ ਜਾਂ ਫਿਰ ਸਹਿਯੋਗ ਦਿਓ ਦਖਲ ਨਹੀਂ ਵੀਨੇ ਪਾਈ ਕੀ ਬੰਦਾ ਪਰ ਜਿਹੜੀ ਮੈਂ ਤਿੰਨ ਬੰਦਿਆਂ ਦੀ ਗੱਲ ਕੀਤੀ ਸੀ ਲੰਘੇ ਕਲ ਆਸਰਾਮ ਗੁਰਮੀਤ RAM ਰਹੀਮ ਤੇ RAM ਦੇਵ ਤਿੰਨਾਂ ਵਾਸਤੇ ਦਿਨ ਭਾਗਾਂ ਭਰੇ ਚੜਿਆ ਯਾਨੀ ਕਿ ਮੰਗਲਵਾਰ ਦਾ ਦਿਨ ਇਹਨਾਂ ਤਿੰਨਾਂ ਵਾਸਤੇ ਭਾਗਾਂ ਭਰੇ ਚੜਿਆ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ 21 ਦਿਨ ਦੇ ਲਈ ਗੁਰਮੀਤ ਰਾਵਰਹੀਮ ਯੂਪੀ ਦੇ ਪਰਨਾਵਾ ਆਸ਼ਰਮ ਦੇ ਵਿੱਚ ਪਹੁੰਚ ਗਏ ਆ ਤੇ ਉਹਨਾਂ ਨੇ 21 ਦਿਨ ਇੱਥੇ ਰਹਿਣਾ ਸ਼ਰਤ ਇਹ ਆ ਕਿ ਸਿਰਸੇ ਵਾਲੇ ਡੇਰੇ ਦੇ ਵਿੱਚ ਨਹੀਂ ਜਾਣਾ 21 ਦਿਨ ਦੇ ਬਾਅਦ ਆਉਣ ਤੋਂ ਬਾਅਦ ਤੇ ਜਿਹੜੇ ਪ੍ਰੇਮੀ ਨੇ ਡੇਰਾ ਪ੍ਰੇਮੀ ਨੇ ਉਹ ਇਸ ਗੱਲੋਂ ਖੁਸ਼ ਆ ਕੇ ਉਹਨਾਂ ਦੇ ਪਿਤਾ ਜੀ ਨੂੰ ਇੱਕ ਵਾਰੀ ਫੇਰ ਬਾਹਰ ਆਉਣ ਦਾ ਮੌਕਾ ਮਿਲਿਆ ਉਧਰ ਕਮਾਲ ਹੋ ਗਈ ਜੀ ਆਸਾ ਰਾਮ ਦੇ ਬਾਰੇ ਆਸਾ ਰਾਮ ਨੂੰ ਜਿਹਨੂੰ ਕਿ ਜੋਧਪੁਰ ਦੀ ਜੇਲ੍ਹ ਦੇ ਵਿੱਚ ਬੰਦ ਸੀ ਦੀਦੇ ਉਤੇ ਜਬਰ ਜਨਾ ਦੇ ਪਰਚੇ ਦਰਜ ਹੋਏ ਆਸਾ ਰਾਮ ਨੂੰ ਵੀ 7 ਦਿਨ ਵਾਸਤੇ ਇਲਾਜ ਕਰਵਾਉਣ ਦੇ ਲਈ ਪਰੂਲ ਮਿਲ ਗਈ ਆ ਯਾਨੀ ਕਿ ਇੱਕ ਗੁਰਮੀਤ ਰਾਮ ਰਹੀਮ ਦੂਜਾ ਆਸਾ ਰਾਮ ਦੋਸ਼ ਦੋਵਾਂ ਦੇ ਉੱਤੇ ਲਗਭਗ ਇੱਕੋ ਜਿਹਾ ਤੀਜੀ ਗੱਲ ਆਗੀ रामदेव ਦੀ रामदेव ਤੇ ਬਾਲਕ੍ਰਿਸ਼ਨ ਦੇ ਉੱਤੇ ਆਪਾਂ ਜਾਣਦੇ ਆ ਕਿ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀ ਇਹ ਗੱਲ ਕਹੀ ਗਈ ਸੀ ਇਹਨਾਂ ਨੇ ਖਿਲਾਫ ਸ਼ਿਕਾਇਤ ਦਰਜ ਕਰਕੇ ਕਿ ਭਾਈ ਇਹਨਾਂ ਨੇ ਗੁੰਮਰਾਹਕੁਨਿਸ਼ਤੇ ਆਰਬਾਦੀ ਕੀਤੀ ਹੈ ਵਾਰ-ਵਾਰ RAMDEV ਨੇ ਤੇ BALKRISHAN ਨੇ ਮਾਫੀ ਮੰਗੀਆਂ ਕਈ ਵਾਰੀ ਸੁਪਰੀਮ ਕੋਰਟ ਚ ਗਏ ਲੱਗੇ ਕੱਲ RAMDEV ਦੇ ਇਸ ਕੇਸ ਨੂੰ ਅਦਾਲਤ ਨੇ ਬੰਦ ਕਰਤਾ ਠੱਪ ਕਰਤਾ ਤੇ ਇਹ ਗੱਲ ਕਹੀ ਹੈ ਤੁਹਾਡੀ ਮਾਫੀ ਕਬੂਲ ਕਰ ਲਈ ਹੈ ਪਰ ਜੇਕਰ ਭਵਿੱਖ ਦੇ ਵਿੱਚ ਇਹੋ ਜੀ ਗੱਲ ਕੀਤੀ ਤਾਂ ਫਿਰ ਤੁਹਾਡੇ ਉੱਤੇ ਸਖਤ ਕਾਰਵਾਈ ਕਾਨੂੰਨੀ ਕਾਰਵਾਈ ਸਖਤ ਸਜ਼ਾ ਦਾ ਪ੍ਰਬੰਧ ਕੀਤਾ ਜਾਊਗਾ ਸੋ ਬੀਨੇ ਕੀ ਬਣਦਾ ਪਰ ਲੰਘੇ ਕੱਲ ਆਸਾ ਰਾਮ ਵਾਸਤੇ ਵੀ ਰਣ ਚੰਗਾ ਚੜਿਆ RAMDEV ਵਾਸਤੇ ਵੀ ਚੰਗਾ ਚੜਿਆ ਤੇ ਗੁਰਮੀਤ ਰਾਮ ਰਹੀਮ ਦੇ ਵਾਸਤੇ ਵੀ ਮੰਗਲਵਾਰ ਦਿਨ ਚੰਗਾ ਸੀਗਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਗੁਰਮੀਤ ਰਾਮ ਰਹੀਮ ਨੂੰ ਕਿਸ ਤਰੀਕੇ ਦੇ ਨਾਲ ਇਹ ਪੈਰੋਲ ਮਿਲ ਗਈ ਉਹਦਾ ਕਾਰਨ ਇਹ ਮੰਨਿਆ ਜਾ ਰਿਹਾ ਕਿਉਂਕਿ ਜਿਹੜੇ ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਹਰਿਆਣੇ ਦੀ ਸਰਕਾਰ ਆ ਉਹ ਜਾਣਦੀ ਆ ਜੀ ਕਿ ਇਸ ਵੇਲੇ ਗੁਰਮੀਤ ਰਾਮ ਰਹੀਮ ਨੂੰ ਬਾਹਰ ਲਿਆਉਣ ਦੇ ਕਿਹੜੇ ਕਿਹੜੇ ਫਾਇਦੇ ਆ ਉਹਨਾਂ ਨੇ ਕਿਹਾ ਜੀ ਕਿ ਹਰਿਆਣੇ ਦੀ ਸਰਕਾਰ ਜਾਣਦੀ ਆ ਬੀਜੇਪੀ ਜਾਣਦੀ ਖਾਸ ਕਰਕੇ ਕਿ ਭਾਈ ਸਾਨੂੰ ਚੋਣਾਂ ਦੇ ਵਿੱਚ ਫਾਇਦਾ ਹੋ ਸਕਦਾ ਇਸ ਕਰਕੇ ਗੁਰਮੀਤ ਰਾਮ ਰਹੀਮ ਦੇ ਮੋਢੇ ਨੂੰ ਭਗਤਾਂ ਵਾਸਤੇ ਵਰਤਿਆ ਜਾ ਰਿਹਾ ਹੈ ਇਹਨਾਂ ਚੋਣਾਂ ਦੇ ਮੱਦੇ ਨਜ਼ਰ ਉਹਨਾਂ ਨੇ ਕਿਹਾ ਜੀ ਕਿ ਇਸ ਸਾਲ ਦੇ ਵਿੱਚ ਚੋਣਾਂ ਹੋਣੀਆਂ ਉਧਰ ਪਤਾ ਲੱਗਾ ਜੀ ਹਰਜੀਤ ਸਿੰਘ ਗਰੇਵਾਲ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਆਪਾਂ ਨੂੰ ਕਾਨੂੰਨ ਪੜ ਲੈਣਾ ਚਾਹੀਦਾ ਜੇਹਾਂ ਨੇ ਨਿਯਮ ਪੜ ਲੈਣੇ ਚਾਹੀਦੇ ਆ ਬੀਜੇਪੀ ਦੇ ਆਗੂ ਨੇ ਇਹ ਗੱਲ ਕਹੀ ਹੈ ਵੀ ਨਿਯਮਾਂ ਦੇ ਮੁਤਾਬਕ ਗੁਰਮੀਤ ਰਾਮ ਰਹੀਮ ਨੂੰ ਜੇਕਰ ਪੈਰੋਲ ਜਾਂ ਫਰਲੋ ਮਿਲਦੀ ਹੈ ਇਰੇ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ 5 ਕਰੋੜ ਫੋਲੋਅਰ ਨੇ ਉਹਨਾਂ ਨੇ ਕਿਹਾ ਜੀ ਕਿ ਸੋਸ਼ਲ ਮੀਡੀਆ ਦੇ ਉੱਤੇ ਗੁਰਮੀਤ ਰਾਮ ਰਹੀਮ ਦੇ ਤੇ ਜੇਕਰ ਇਦਾਂ ਪੈਰੋਲ ਜਾਂ ਫਰਲੋ ਨਿਯਮਾਂ ਮੁਤਾਬਕ ਮਿਲਦੀ ਹੈ ਤਾਂ ਕੋਈ ਲੋੜਾ ਨਹੀਂ ਆ ਗਿਆ ਉਧਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਈ ਹੋਰ ਆਗੂਆਂ ਨੇ ਗੱਲ ਕਹੀ ਹੈ ਕਿ ਬੰਦੀ ਸਿੰਘਾਂ ਦੇ ਬਾਰੇ ਸਰਕਾਰਾਂ ਕਰਦੀਆਂ ਕੁਝ ਨਹੀਂ ਤੇ ਗੁਰਮੀਤ ਰਾਮ ਰਹੀਮ ਨੂੰ ਤੀਜੇ ਕਮਹੀਨੇ ਪੈਰੋਲ ਦੀ ਗੱਲ ਆ ਜਾਂਦੀ ਫਰਲੋ ਦੀ ਗੱਲ ਆ ਜਾਂਦੀ ਹੈ ਤੇ ਭਾਈ ਬਾਕੀ ਬੰਦੀ ਸਿੰਘਾਂ ਦਾ ਕਸੂਰ ਕੀ ਹੈ ਸੋ ਇਸ ਤਰੀਕੇ ਦੀਆਂ ਗੱਲਾਂ ਪਤਾ ਚੱਲ ਪਈਆਂ ਉਧਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਆਪਾਂ ਜਾਣਦੇ ਸਾਬਕਾ ਜੇਲ ਵਿਭਾਗ ਦੇ ਮੰਤਰੀ ਆ ਹੁਣ ਵਿਧਾਇਕ ਆ ਹੁਣ ਐਮਪੀ ਆ ਪਹਿਲਾਂ ਉਹ ਵਿਧਾਇਕ ਸੀਗੇ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੇ ਇੱਕ ਹੋਰ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਭਗਵੰਤਮਾਨ ਸਰਕਾਰ ਇਸ ਮਸਲੇ ਤੇ ਬੋਲਦੀ ਕਿਉਂ ਨਹੀਂ ਭਗਵੰਤਮਾਨ ਸਰਕਾਰ ਨੂੰ ਇਸ ਗੱਲ ਦਾ ਪਤਾ ਕਿ ਅਸੀਂ ਇਸ ਗੱਲ ਦੇ ਉੱਤੇ ਬੋਲੇ ਤਾਂ ਫਿਰ ਕਈ ਥਾਵਾਂ ਤੇ ਵੋਟਾਂ ਤੜਕ ਕਰਕੇ ਟੁੱਟਣੀਆਂ ਇਸ ਕਰਕੇ ਬੋਲਦੇ ਨਹੀਂ ਜੇਕਰ ਤੁਸੀਂ ਸਿੱਖਾਂ ਦੇ ਪ੍ਰਤੀ ਪੰਥ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਫਿਕਰਮੰਦ ਹੋ ਤੇ ਜਵਾਬ ਦੇਓ ਤੇ ਫਿਰ ਇਸ ਮਸਲੇ ਤੇ ਬੋਲੋ ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਗੁਰਮੀਤਰਾ ਅਮਰਹੀਮ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਹਰ ਵਾਰ ਹੀ ਕੋਈ ਨਾ ਕੋਈ ਵਿਵਾਦ ਛੜਦਾ ਤੇ ਇਤ ਕੀ ਉਹ ਵਿਵਾਦ ਫੇਰ ਛੜਿਆ ਇਹ ਵਿਵਾਦ ਈਵੇਂ ਚੱਲਦਾ ਰਹਿਣਾ ਮੈਂ ਦਾਅਵੇ ਨਾਲ ਇਹ ਗੱਲ ਕਹਿੰਨਾ 10 12 15 ਦਿਨ ਇਹ ਵਿਵਾਦ ਚੱਲਣਾ ਜਿਵੇਂ ਜਿਵੇਂ ਵਿਵਾਦ ਵਧੀ ਜਾਊਗਾ ਓਵੇਂ ਓਵੇਂ 21 ਦਿਨ ਘਟੀ ਜਾਣੇ ਆ ਜਦੋਂ ਵਿਵਾਦ ਸਿਖਰ ਦੇ ਉੱਤੇ ਪਹੁੰਚਿਆ 21 ਦਿਨ ਮੁੱਕ ਜਾਣੇ ਆ ਤੇ ਗੁਰਮੀਤ ਰਾਮ ਰਹੀਮ ਨੇ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਚਲੇ ਜਾਣਾ ਪਰ ਕੀ ਸੱਚੀ ਮੁੱਚੀ ਇਹ ਜਿਹੜੀ ਪੈਰੋਲ ਜਾਂ ਫਰਲੋ ਮਿਲਦੀ ਆ ਇਹ ਚੋਣਾ ਦੇ ਮੱਦੇਨਜ਼ਰ ਹੀ ਮਿਲਦੀ ਆ ਰਾਜਸਥਾਨ ਦੀਆਂ ਚੋਣਾ ਤਾਂ ਬਾਹਰ ਪੰਜਾਬ ਦੇ ਵਿੱਚ ਕੋਈ ਚੋਣ ਤਾਂ ਬਾਹਰ ਹਰਿਆਣੇ ਦੀਆਂ ਪੰਚਾਇਤੀ ਚੋਣਾ ਹੋਣ ਤਾਂ ਬਾਹਰ ਕੀ ਸੱਚੀ ਮੁੱਚੀ ਇਹਦੇ ਪਿੱਛੇ ਸਿਆਸੀ ਕਾਰਨਾਂ ਜਾਂ ਫਿਰ ਇਹ ਅਚਾਨਕ ਜਿਹੜਾ ਅਧਿਕਾਰ ਖੇਤਰ ਦੇ ਵਿੱਚ ਗੱਲ ਆਉਂਦੀ ਆ ਓਵੇਂ ਹੀ ਪੈਰੋਲ ਜਾਂ ਫਰਲੋ ਮਿਲਦੀ ਆ ਇਹ ਲੋਕਾਂ ਨੇ ਮਨਾ ਵਿੱਚ ਤੈਰਦੇ ਹੋਏ ਕਈ ਸਵਾਲ ਆ ਪਰ ਕੁੱਲ ਮਿਲਾ ਕੇ ਗੱਲ ਕਿਹਣੀ ਬਣਦੀ ਆ ਕਿ ਲੰਘੇ ਦਿਨ ਸੀ ਜਿਹੜਾ ਉਹ ਤਿੰਨ ਬੰਦਿਆ ਵਾਸਤੇ ਜਿਹੜੇ ਤਿੰਨੇ ਡੇਰੇਦਾਰ ਆ ਇੱਕ ਦਾ ਪਤੰਜਲੀ ਡੇਰਾ ਮੈਂ ਪਤੰਜਲੀ ਨੂੰ ਡੇਰਾ ਹੀ ਕਹਿਣਾ ਹੁੰਨਾ ਤੇ ਉਧਰ ਇੱਕ ਦਾ ਆਪਾਂ ਜਾਣਦੇ ਕਿ ਗੁਰਮੀਤ ਰਾਮ ਰਹੀਮ ਦਾ ਵੀ ਡੇਰਾ ਉਧਰ ਆਸਾ ਰਾਮ ਦਾ ਵੀ ਡੇਰਾ ਸੋ ਇਸ ਵੇਲੇ ਭਾਰਤ ਦੇ ਵਿੱਚ ਡੇਰਿਆਂ ਦੀ ਗੱਲ ਬਹੁਤ ਚੱਲਦੀ ਤੇ ਡੇਰੇਦਾਰਾਂ ਦੀ ਗੱਲ ਬਹੁਤ ਚੱਲਦੀ ਆ ਤੇ ਤਿੰਨ ਬੰਦਿਆਂ ਨੂੰ ਇੱਕੋ ਦਿਨ ਦੇ ਵਿੱਚ ਅਦਾਲਤ ਦੇ ਵੱਲੋਂ ਰਾਹਤ ਦਿੱਤੇ ਜਾਣਾ ਇਹ ਉਹਨਾਂ ਵਾਸਤੇ ਤਾਂ ਇੱਕ ਚੰਗੀ ਖਬਰ ਆ ਉਹਨਾਂ ਦੇ ਪ੍ਰਸ਼ੰਸਕਾਂ ਵਾਸਤੇ ਬੜੀ ਚੰਗੀ ਖਬਰ ਹੈ ਪਰ ਹਾਂ ਇੱਕ ਗੱਲ ਜ਼ਰੂਰ ਆ ਪਿਛਲੇ ਦਿਨੀ ਮੈਂ ਆਪਣੇ ਇੱਕ ਸੱਜਣ ਮਿੱਤਰ ਨੂੰ ਪੁੱਛਿਆ ਜਿਹੜਾ ਕਿ ਪਤੰਜਲੀ ਦੀ ਦੁਕਾਨ ਚਲਾਉਂਦਾ ਕਿਉਂਕਿ ਉਹਨੇ ਵੀ ਪਤੰਜਲੀ ਦਾ ਸਟੋਰ ਲਿਆ ਹੋਇਆ ਮੈਂ ਕਿਹਾ ਵੀ ਪਿਛਲੇ 6 ਮਹੀਨਿਆਂ ਦੀ ਮੈਂ ਬੜਾ ਸਮਾਂ ਨਹੀਂ ਕਹਿੰਦਾ ਪਿਛਲੇ 6 ਮਹੀਨਿਆਂ ਵਿੱਚ ਪਤੰਜਲੀ ਦਾ ਕਾਰੋਬਾਰ ਤੁਹਾਡੀ ਦੁਕਾਨ ਤੇ ਘਟਿਆ ਜਾਂ ਵਧਿਆ ਉਹ ਕਹਿੰਦਾ ਬਹੁਤ ਘਟਿਆ ਅੱਧੋ-ਅੱਧਾ ਫਰਕ ਪੈ ਗਿਆ ਮੈਂ ਕਿਹਾ ਉਹ ਕਿਉਂ ਕਹਿੰਦਾ ਵੀ RAMDEV ਤੇ ਪਤੰਜਲੀ ਵਿਵਾਦਾਂ ਦੇ ਵਿੱਚ ਬਹੁਤ ਰਹਿੰਦੇ ਆ ਕਦੇ ਕੋਰੋਨਲ ਦਾ ਰੌਲਾ ਪੈ ਗਿਆ ਕਦੇ ਹੋਰ 10 20 ਦਵਾਈਆਂ ਦਾ ਰੌਲਾ ਪੈ ਗਿਆ ਕਦੇ ਕੋਈ ਚੀਜ਼ ਗਲਤ ਨਿਕਲੀ ਕਦੇ ਕੋਈ ਨੈਗੇਟਿਵ ਖਬਰ ਆ ਗਈ ਇਹਦੇ ਕਰਕੇ ਕਾਰੋਬਾਰ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਤੇ ਮੈਂ ਇਸ ਗੱਲ ਦੇ ਨਾਲ 100% ਦੀ ਸਹਿਮਤ ਹਾਂ ਜਦੋਂ ਕੋਈ ਵੀ ਕਾਰੋਬਾਰੀ ਬੰਦਾ ਕਿਸੇ ਵੀ ਕਿਸਮ ਦੇ ਭਾਵੇਂ ਨਿੱਕੇ ਜਾਂ ਵੱਡੇ ਵਿਵਾਦ ਦੇ ਵਿੱਚ ਪੈਂਦਾ ਸਿੱਧਾ ਉਹਦੇ ਕਾਰੋਬਾਰ ਦੇ ਉੱਤੇ ਅਸਰ ਪੈਂਦਾ ਸੋ ਮੈਂ ਕਦੇ ਬਾਬਾ ਨਹੀਂ ਉਹਨੂੰ ਕਿਹਾ ਕਿਉਂਕਿ ਮੇਰੀ ਨਜ਼ਰ ਦੇ ਵਿੱਚ ਉਹ ਕਾਰੋਬਾਰੀ ਐ ਤੇ ਸਫਲ ਕਾਰੋਬਾਰੀ ਐ ਪਰ ਉਹਦੇ ਕਾਰੋਬਾਰ ਨੂੰ 6 ਵਜ ਰਹੀ ਆ ਕਿਉਂਕਿ ਵਿਵਾਦਾਂ ਦੇ ਵਿੱਚ ਆ ਜਿਹੜਾ ਬੰਦਾ ਵਿਵਾਦਾਂ ਦੇ ਵਿੱਚ ਰਹਿੰਦਾ ਉਹਨੂੰ ਖਤਾਖਾਣੀ ਪੈਂਦੀ ਆ ਲੰਘੇ ਕੱਲ ਇੱਕ ਵਾਰ ਫੇਰ ਨੈਸ਼ਨਲ ਹਾਈਵੇ ਅਥਾਰਟੀ ਦੇ ਮਾਮਲੇ ਦੇ ਉੱਤੇ ਚਰਚਾ ਵਿਵਾਦ ਜਾਂ ਕਹਿ ਦਈਏ ਗਲਬਾਤ ਛਿੜਪੀ ਆ ਤੁਰਪੀ ਆ ਗਲਬਾਤ ਬਹੁਤ ਵੱਡੀ ਆ ਉਹਦੇ ਵਿੱਚ ਇੱਕ ਤਾਂ ਗੱਲ ਇਹ ਆ ਵੀ ਨਿਤਿੰਗੜਕਰੀ ਸਾਹਿਬ ਜਿਹੜੇ ਕਿ ਭਾਰਤ ਦੇ ਕੇਂਦਰੀ ਮੰਤਰੀ ਆ ਸੜਕੀ ਆਵਾਜਾਈ ਵਿਭਾਗ ਦੇ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪੰਜਾਬ ਦੀ ਸਰਕਾਰ ਨੂੰ ਤੇ ਉਹਦੇ ਵਿੱਚ ਹਰਖ ਜ਼ਾਹਰ ਕੀਤਾ ਸੀ ਗੁੱਸਾ ਜ਼ਾਹਰ ਕੀਤਾ ਸੀ ਕਿ ਜੇਕਰ ਸੂਬੇ ਦੀ ਸਰਕਾਰ ਦੇ ਵੱਲੋਂ ਨਾ ਗੱਲਾਂ ਦੀ ਪਾਲਣਾ ਕੀਤੀ ਗਈ ਨਿਯਮਾਂ ਦੀ ਪਾਲਣਾ ਕੀਤੀ ਗਈ ਤਾਂ ਮਜਬੂਰੀ ਦੇ ਵਿੱਚ ਅਸੀਂ ਪੰਜਾਬ ਦੇ ਸੜਕੀ ਪ੍ਰੋਜੈਕਟ ਬੰਦ ਕਰ ਦੇਣੇ ਹਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਠੇਕੇਦਾਰਾਂ ਦੇ ਉੱਤੇ ਤੇ ਇੰਜੀਨੀਅਰਾਂ ਦੇ ਉੱਤੇ ਹਮਲੇ ਹੋ ਰਹੇ ਆ ਨਾਲ ਉਹਨਾਂ ਨੇ ਕੁਝ ਫੋਟੋਆਂ ਵੀ ਭੇਜੀਆਂ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਗੱਲ ਕਹੀ ਸੀ ਕਿ ਜ਼ਮੀਨਾਂ ਨੂੰ ਐਕਵਾਇਰ ਕਰਨ ਦੀ ਪ੍ਰਣਾਲੀ ਸਹੀ ਨਹੀਂ ਚੱਲ ਰਹੀ ਜਿਹਦੇ ਕਰਕੇ ਇਹ ਪ੍ਰੋਜੈਕਟ ਬੰਦ ਕਰਨ ਦੀ ਨੌਬਤ ਆ ਸਕਦੀ ਹੈ ਲੰਘੇ ਕੱਲ ਇੱਕ ਤਾਂ ਜਾਣਕਾਰੀ ਇਹ ਆਈ ਕਿ ਭਗਵੰਤ ਮਾਨ ਜੜ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤੇ ਨਿਤਨ ਗੜਕਰੀ ਨੂੰ ਕੇਂਦਰੀ ਮੰਤਰੀ ਨੂੰ ਚਿੱਠੀ ਦਾ ਜਵਾਬ ਚਿੱਠੀ ਰਾਹੀਂ ਦਿੱਤਾ ਗਿਆ ਤੇ ਦੂਜੀ ਜਾਣਕਾਰੀ ਇਹ ਆਈ ਹੈ ਪੰਜਾਬ ਦੇ ਨਵੇਂ ਰਾਜਪਾਲ ਕਟਾਰੀਆ ਸਾਹਿਬ ਦੇ ਵੱਲੋਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੇ ਨਾਲ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਤੇ BSNL ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਨੈਸ਼ਨਲ ਹਾਈਵੇ ਅਥਾਰਟੀ ਦੇ ਉਹ ਰੁਕਣਾ ਤਿੰਨ ਮਹੀਨਿਆਂ ਬਾਅਦ ਬਿਨੋ ਰਿਪੋਰਟ ਦਿੱਤੀ ਜਾਵੇ ਕੰਮ ਨਿਰਵਿਘਨ ਚੱਲਣੇ ਚਾਹੀਦੇ ਆ ਕਿਸੇ ਵੀ ਤਰ੍ਹਾਂ ਦੀ ਦਿੱਕਤ ਕੋਈ ਆਉਂਦੀ ਹੈ ਮੇਰੇ ਧਿਆਨ ਦੇ ਵਿੱਚ ਲਿਆਂਦੀ ਜਾਵੇ ਮੈਨੂੰ ਇਹ ਲੱਗਦਾ ਸੀ ਵੀ ਇਸ ਮਸਲੇ ਦੇ ਉੱਤੇ ਇੱਕ ਵਾਰ ਫਿਰ ਰਾਜਪਾਲ ਬਨਾਮ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਚੱਲ ਪੈਣੀ ਹੈ ਜਿਵੇਂ ਬਿਮਾਰੀ لال ਪ੍ਰੋਹਤ ਬਨਾਮ ਭਗਵੰਤ ਮਾਨ ਗੱਲ ਛੱੜਦੀ ਹੁੰਦੀ ਸੀ ਵਿਵਾਦਾਂ ਵਾਲੀ ਕਿਉਂਕਿ ਜਿਹੜੀ ਇਹ ਮੀਟਿੰਗ ਲੰਘੇਕਲ ਕਟਾਰੀਆ ਸਾਹਿਬ ਦੇ ਵੱਲੋਂ ਕੀਤੀ ਗਈ ਆ ਉਹਦੇ ਵਿੱਚ ਪੰਜਾਬ ਸਰਕਾਰ ਦਾ ਅਧਿਕਾਰੀ ਨਹੀਂ ਸੀ ਜਿੰਨੀਕ ਜਾਣਕਾਰੀ ਮਿਲੀ ਆ ਤੇ ਮੈਨੂੰ ਲੱਗਦਾ ਸੀ ਵੀ ਪੰਜਾਬ ਦੀ ਸਰਕਾਰ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਜਾਊਗਾ ਵੀ ਪੰਜਾਬ ਦੀਆਂ ਸੜਕਾਂ ਦੇ ਪ੍ਰੋਜੈਕਟਾਂ ਦੀ ਗੱਲ ਚੱਲਦੀ ਹੋਵੇ ਤਾਂ ਸਾਡੇ ਧਿਆਨ ਦੇ ਵਿੱਚ ਨਹੀਂ ਲੈਂਦਾ ਵੀ ਤੁਸੀਂ ਮੀਟਿੰਗ ਵੀ ਕਰਨੀ ਆ ਪਰ ਲੰਘੇਕਲ ਪੰਜਾਬ ਦੇ ਮੁੱਖ ਮੰਤਰੀ ਨੇ ਨਿਤਨ ਗੜਕਰੀ ਹੋਰਾਂ ਨੂੰ ਜਿਹੜੀ ਚਿੱਠੀ ਲਿਖੀ ਆ ਇਹਦੇ ਵਿੱਚ ਉਹਨਾਂ ਨੇ ਪੱਖ ਵੀ ਪੇਸ਼ ਕਰਤਾ ਸਵਾਲ ਵੀ ਕੀਤੇ ਆ ਤੇ ਤਰਕ ਵੀ ਦਿੱਤਾ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਹੀ ਆ ਵੀ ਦੇਖੋ ਪੰਜਾਬ ਦੇ ਵਿੱਚ ਜਿਹੜੇ ਸੜਕੀ ਪ੍ਰੋਜੈਕਟ ਚੱਲਦੇ ਆ ਇਹ ਆਪਸੀ ਤਾਲਮਿਲ ਦੇ ਕਰਕੇ ਆ ਇਹ ਪ੍ਰੋਜੈਕਟ ਚੱਲਦੇ ਰਹਿਣ ਇਹਦੀ ਲੋੜ ਵੀ ਆ ਸਮੇਂ ਦੀ ਲੋੜ ਆ ਬਹੁਤ ਵੱਡੀ ਦੂਜੀ ਗੱਲ ਉਹਨਾਂ ਨੇ ਕਹੀ ਆ ਵੀ ਤੁਸੀਂ ਚਿੱਠੀ ਦੇ ਵਿੱਚ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਆ ਜਿਹੜੀ ਉਹਨੂੰ ਖਤਰਾ ਹੈਗਾ ਤੇ ਪੰਜਾਬ ਦੇ ਵਿੱਚ ਇੰਜੀਨੀਅਰਾਂ ਤੇ ਖਤਰਾ ਪੈਦਾ ਹੋਇਆ ਠੇਕੇਦਾਰਾਂ ਤੇ ਹਮਲੇ ਹੋ ਰਹੇ ਆ ਦੋ ਘਟਨਾਵਾਂ ਵਾਪਰੀਆਂ ਦੋਹਾਂ ਦੇ ਵਿੱਚ ਆਮ ਲੋਕਾਂ ਦਾ ਪੁਲਿਸ ਦਾ ਕੋਈ ਕਸੂਰ ਨਹੀਂ ਇਹਦੇ ਦੋਹਾਂ ਦੇ ਵਿੱਚ ਇਹ ਠੇਕੇਦਾਰ ਆਪ ਹੀ ਕਸੂਰਬਾਰ ਆ ਇੱਕ ਵੱਡੇ ਠੇਕੇਦਾਰ ਨੇ ਛੋਟੇ ਠੇਕੇਦਾਰ ਨੇ ਪੈਸੇ ਮਾਰ ਲਏ ਜਦ ਕੋਈ ਪਹਿਹਨਦਾ ਲੈਣ ਦੇਣ ਉਹ ਜਿਹੜਾ ਰੌਲਾ ਪੈ ਗਿਆ ਜਿਹਦੇ ਕਰਕੇ ਲੜਾਈ ਹੋਈ ਆ ਇੱਕ ਹੋਰ ਆ ਜੀ ਕਿ ਭਾਈ ਜ਼ਮੀਨ ਦੀ ਜਿਹੜੀ ਖੁਦਾਈ ਆ ਉਹ ਬਹੁਤ ਨੀਵੀਂ ਡੂੰਗੀ ਕੀਤੀ ਜਾ ਰਹੀ ਸੀ ਇਸ ਗੱਲ ਦਾ ਰੌਲਾ ਪਿਆ ਦੋਵਾਂ ਥਾਵਾਂ ਤੇ ਪਰਚੇ ਦਰਜ ਹੋਏ ਆ ਦੋਵਾਂ ਥਾਵਾਂ ਤੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਆ ਤੇ ਅਸੀਂ ਵੀ ਇਸ ਗੱਲ ਦੇ ਉੱਤੇ ਤਿੱਖੀ ਅੱਖ ਬਾਜ਼ ਅੱਖ ਰੱਖ ਰਹੇ ਆ ਅਗਲੀ ਗੱਲ ਉਹਨਾਂ ਨੇ ਬੜੀ ਮਹੱਤਵਪੂਰਨ ਕਹੀ ਆ ਉਹ ਕਹਿੰਦੇ ਵੀ ਦੇਖੋ ਜਿਹੜਾ ਜ਼ਮੀਨਾਂ ਨੂੰ ਅਕਵਾਇਰ ਕਰਨ ਦੀ ਗੱਲ ਆ ਕਿਸਾਨ ਇਹ ਚਾਹੁੰਦੇ ਜੀ ਕਿ ਉਹਨਾਂ ਨੂੰ ਜ਼ਮੀਨ ਦਾ ਵਾਜਬ ਭਾਅ ਮਿਲੇ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਭਾਅ ਬਹੁਤ ਵਧੇ ਪਏ ਆ ਉਹ ਕਹਿੰਦੇ ਵੀ ਦੇਖੋ ਕਿਸਾਨ ਦੇ ਕੋਲੇ ਇਕਲੌਤੀ ਚੀਜ਼ ਆ ਰੋਜ਼ਗਾਰ ਦੇ ਲਈ ਉਹ ਪਹਿਲੀ ਵੀ ਉਹ ਹੀ ਆ ਤੇ ਆਖਰੀ ਵੀ ਉਹ ਹੀ ਆ ਉਹ ਜ਼ਮੀਨ ਆ ਜ਼ਮੀਨ ਦਾ ਜੇਕਰ ਸਹੀ ਭਾਅ ਮਿਲੂਗਾ ਕਿਸਾਨ ਜ਼ਮੀਨ ਅਕਵਾਇਰ ਕਰਨੀ ਇਜਾਜ਼ਤ ਦੇ ਦੇਊਗਾ ਨਹੀਂ ਤਾਂ ਇਦਾਂ ਕਿਵੇਂ ਮਿਲ ਸਕਦੀ ਆ ਆਪਾਂ ਨੂੰ ਇਹਦਾ ਭਾਅ ਸਹੀ ਦੇਣਾ ਚਾਹੀਦਾ ਇਹ ਗੱਲ ਹੋ ਗਈ ਹੁਣ ਮਹੀਨੇ ਵੀ ਪਾਈ ਇਸ ਚਿੱਠੀ ਤੋਂ ਬਾਅਦ ਅਗਲੀ ਪ੍ਰਤੀਕਿਰਿਆ ਕੀ ਆਉਂਦੀ ਪਰ ਲੰਘੇ ਕੱਲ ਡੱਲੇਵਾਲ ਸਾਹਿਬ ਦੇ ਵੱਲੋਂ ਤੇ ਕੁਝ ਹੋਰ ਕਿਸਾਨ ਆਗੂਆਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਇਸ ਮਾਮਲੇ ਦੀ ਪੈਰ ਵੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਉਹ ਕਹਿੰਦੇ ਵੀ ਇੱਕ ਤਾਂ ਗੱਲ ਇਹ ਆ ਵੀ ਜਿਹੜਾ ਪਿੱਛੇ ਜੇ ਸੀਗਾ ਜ਼ਮੀਨ ਅਕਵਾਇਰ ਐਕਟ ਬਣਿਆ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 13 ਜਾਂ 14 ਦਾ ਉਹਦੇ ਵਿੱਚ ਸੀਗਾ ਜੀ ਮਾਰਕੀਟ ਨਾਲੋਂ ਜਿਹੜਾ ਕਮਰਸ਼ੀਅਲ ਭਾ ਉਹਦੇ ਨਾਲੋਂ ਵੱਧ ਕੀਮਤ ਦੇ ਉੱਤੇ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾਣੀਆਂ ਕਿਉਂਕਿ ਕਿਸਾਨ ਦੇ ਕੋਲੇ ਜਦੋਂ ਇੱਕ ਵਾਰੀ ਪੈਸੇ ਆ ਗਏ ਬਾਅਦ ਵਿੱਚ ਤਾਂ ਸਾਰੀ ਉਮਰ ਦੇ ਲਈ ਰੋਜ਼ਗਾਰ ਖੁੱਸ ਗਿਆ ਉਹਦਾ ਫਿਰ ਉਹਨੇ ਢਾਣੇ ਕਿੱਥੋਂ ਖਾਣੇ ਆ ਇਸ ਕਰਕੇ ਵੱਧ ਤੋਂ ਵੱਧ ਭਾਅ ਮਿਲੂਗਾ ਜਿਹੜਾ ਕਿ ਮਿਲ ਨਹੀਂ ਰਿਹਾ ਜਿੱਥੋਂ ਜਿੱਥੋਂ ਇਹ ਪ੍ਰੋਜੈਕਟ ਲੰਘ ਰਿਹਾ ਉਹਨਾਂ ਥਾਵਾਂ ਦੇ ਉੱਤੇ ਪਾਣੀ ਦੀ ਨਿਕਾਸੀ ਦਾ ਕੀ ਪ੍ਰਬੰਧਾ ਨੀਵੀਂ ਥਾਂ ਹੋ ਗਈ ਹੈ ਤੇ ਪਾਣੀ ਬਾਹਰ ਨਹੀਂ ਨਿਕਲਦਾਗਾ ਇਸ ਕਰਕੇ ਬਣੂਗਾ ਕੀ ਤੀਜੀ ਗੱਲ ਉਹਨਾਂ ਨੇ ਕਹੀ ਹੈ ਕਿ ਖੇਤਾਂ ਨੂੰ ਜਾਣ ਵਾਲੇ ਰਾਹ ਕਿੱਥੇ ਛੱਡੇ ਜਾ ਰਹੇ ਆ ਬੰਦਾ ਕਰੂਗਾ ਕਿ ਐਸ ਥਾਂ ਦੇ ਉੱਤੇ ਮੰਨ ਲਓ ਕਟ ਪਤਾ ਸੜਕ ਦੇ ਵਿੱਚ ਤੇ ਗਾਂ ਕਈ ਕਿਲੋਮੀਟਰ ਜਾ ਕੇ ਬੰਦੇ ਦਾ ਖੇਤ ਸ਼ੁਰੂ ਹੁੰਦਾ ਤੇ ਬੰਦੇ ਦਾ ਕਸੂਰ ਕੀ ਆ ਉਹਨਾਂ ਨੇ ਕਿਹਾ ਜੀ ਕਿ ਸੂਬੇ ਦੀ ਸਰਕਾਰ ਨੂੰ ਚਾਹੀਦਾ ਜੀ ਕਿ ਸਾਡੇ ਇਸ ਮਸਲੇ ਦੀ ਵੀ ਪੈਰਵੀ ਕੀਤੀ ਜਾਵੇ ਸੋ ਇਹਨੇ ਬੰਦਾ ਕੀ ਆ ਪਰ ਇਸ ਵੇਲੇ ਪੰਜਾਬ ਦੇ ਵਿੱਚੋਂ ਸੈਂਕੜੇ ਕਿਲੋਮੀਟਰ ਲੰਮੇ ਰਾਸ਼ਟਰੀ ਸੜਕੀ ਮਾਰਗ ਆ ਜਿਹੜੇ ਉਹ ਨਿਕਲ ਰਹੇ ਆ ਇਹ ਵੀ ਗੱਲ ਪੱਕੀ ਆ ਵੀ ਜਦੋਂ ਇਹ ਨੈਸ਼ਨਲ ਹਾਈਵੇ ਥਾਰਟੀ ਦੇ ਪ੍ਰੋਜੈਕਟ ਮੁਕੰਮਲ ਹੋਣਗੇ ਟੋਲ ਪਲਾਜ਼ੇ ਵੀ 40 40 50 50 ਕਿਲੋਮੀਟਰ ਤੇ ਗੱਡੇ ਜਾਣਗੇ ਤੇ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋ ਜਾਊਗਾ ਸੋ ਇਹਨੇ ਕੀ ਬਣਦਾ ਪਰ ਇਸ ਵੇਲੇ ਵਿਵਾਦਾਂ ਦੇ ਵਿੱਚ ਵੀ ਇਹ ਗੱਲ ਤੇ ਚਰਚਾ ਦੇ ਵਿੱਚ ਵੀ ਆ ਪਰ ਭਗਵੰਤ ਮਾਨ ਨੇ ਚਿੱਠੀ ਲਿਖ ਕੇ ਨਿਤਨ ਗੜਕਰੀ ਸਾਹਿਬ ਨੂੰ ਤੇ ਆਪਣੇ ਵੱਲੋਂ ਤਰਕ ਤੇ ਪੱਖ ਤੇ ਸਪਸ਼ਟਿਕਰਨ ਸਾਰਾ ਕੁਝ ਪੇਸ਼ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੰਘੇ ਕੱਲ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਾਰੇ ਹੀ ਵਿਧਾਇਕ ਜਿਹੜੇ ਸਾਡੀ ਉਹ ਆਪਣੇ ਹਲਕੇ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਣੇ ਖੇਤਰ ਦੇ ਵਿੱਚ ਨਿਠ ਕੇ ਕੰਮ ਕਰਨ ਸਾਡਾ ਵਿਧਾਇਕ ਸਾਡੇ ਕੰਮ ਜਾਂ ਮੇਰਾ ਖਿਆਲ ਹੈ ਵੀ ਸਾਡਾ ਹਲਕਾ ਸਾਡਾ ਵਿਧਾਇਕ ਕੁਝ ਇਦਾਂ ਦਾ ਨਾਂ ਜਿਹੜਾ ਮਹਿੰਮਾ ਦਾ ਸ਼ੁਰੂ ਕੀਤਾ ਗਿਆ ਇਸ ਮਹਿੰਮਾ ਦੇ ਤਹਿਤ ਉਹਨਾਂ ਨੇ ਵਿਧਾਇਕ ਸਹਿਬਾਨ ਨੂੰ ਇਹ ਗੱਲ ਕਹੀ ਹੈ ਕਿ ਖਿੱਚ ਕੇ ਕੰਮ ਰੱਖਣਾ ਸਾਡਾ ਹਲਕਾ ਸਾਡਾ ਵਿਧਾਇਕ ਇਹਦੇ ਤਹਿਤ ਹੁਣ ਮੀਨੇ ਪਾਈਏ ਇਸ ਮਸਲੇ ਦੇ ਵਿੱਚ ਕੀ ਬਣਦਾ ਪਰ ਪੰਚਾਇਤੀ ਚੋਣਾਂ ਦੇ ਬਾਰੇ ਵੀ ਚਰਚਾ ਹੋਈ ਹੈ ਕੁਝ ਕੁ ਹੋਰ ਮਸਲਿਆਂ ਦੇ ਉੱਤੇ ਵੀ ਗੱਲਬਾਤ ਹੋਈ ਹੈ ਚੰਗੀ ਗੱਲ ਆ ਵੀ ਦੇਖੋ ਜਿਹੜੇ ਵਿਧਾਇਕ ਸਹਿਬਾਨ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਮੈਂ ਗੱਲ ਕਲੀ ਆਪਦੇ ਨਹੀਂ ਕਰਦਾ ਸਾਰਿਆਂ ਹੀ ਸਿਆਸੀ ਪਾਰਟੀਆਂ ਦੇ ਵਿਧਾਇਕ ਸਹਿਬਾਨ ਨੂੰ ਬੇਨਤੀ ਹੈ ਤੁਹਾਨੂੰ ਲੋਕਾਂ ਨੇ ਕਤਾਰ ਦੇ ਵਿੱਚ ਖੜਕੇ ਵੋਟਾਂ ਪਾਈਆਂ ਜਦੋਂ ਲੋਕਾਂ ਨੇ ਵੋਟਾਂ ਪਾਈਆਂ ਆਪ ਜੀ ਨੇ ਵੀ ਨਹੀਂ ਕਿਹਾ ਵੀ ਭਾਈ ਜੇ ਸਾਡੀ ਸਰਕਾਰ ਬਣ ਗਈ ਤਾਂ ਗੱਲ ਬਣੂਗੀ ਜੇ ਨਾ ਬਣੀ ਫਿਰ ਅਸੀਂ ਵਿਰੋਧ ਦੇ ਵਿੱਚ ਹੋਵਾਂਗੇ ਸਾਡੀ ਕਿਸੇ ਨੇ ਪੇਸ਼ ਨਹੀਂ ਚੱਲਣ ਦੇਣੀ ਆ ਪਤਾ ਇਹ ਗੱਲ ਕਹੀ ਨਹੀਂ ਤੁਸੀਂ ਲੋਕਾਂ ਨੂੰ ਕਿਹਾ ਜੀ ਤੁਹਾਡਾ ਕੱਲਾ ਕੱਲਾ ਮਸਲਾ ਹੱਲ ਕਰਾਂਗੇ ਤੇ ਹੁਣੇ ਤੁਹਾਡੀ ਸਿਰਦਰਦੀ ਆ ਵੀ ਮਸਲਾ ਕਿਵੇਂ ਹੱਲ ਕਰਾਉਣਾ ਲੋਕਾਂ ਨੂੰ ਇਹ ਥੋੜੀ ਕਹਿਣਾ ਵੀ ਸਾਡੀ ਸਰਕਾਰ ਹੁਣ ਨੀ ਤਾਂ ਮਸਲਾ ਹੱਲ ਕਰ ਦਿੰਦੇ ਹੁਣ ਸਰਕਾਰ ਨਹੀਂ ਸੁਣਦੀ ਉਧਰ ਜਿਹੜੇ ਸਰਕਾਰ ਦੇ ਕੋਲੇ ਵਿਧਾਇਕ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਭਾਈ ਹੁਣ ਤੁਸੀਂ ਕਹੀ ਜ ਨੇ ਅਫਸਰ ਸ਼ਾਹੀ ਨਹੀਂ ਸੁਣਦੀ ਤੇ ਥੋੜੀ ਨਹੀਂ ਸੁਣਦੀ ਫਿਰ ਸਾਡੀ ਕਿਵੇਂ ਸੁਣਦੀ ਹੋ ਗੱਲ ਇਹ ਆ ਵੀ ਅਫਸਰ ਸ਼ਾਹੀ ਸੱਚ ਆ ਕਿ ਸੁਣਦੀ ਨਹੀਂ ਪਰ ਇਹ ਇੱਕ ਉਦਾਹਰਨ ਵੀ ਆ ਵੀ ਜੇਕਰ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਦੀ ਨਹੀਂ ਸੁਣਦੀ ਤਾਂ ਸਾਡੀ ਤੁਹਾਡੀ ਕੀ ਪੇਸ਼ ਚੱਲਦੀ ਹੋਊਗੀ ਆਮ ਬੰਦੇ ਦੀ ਕੀ ਪੇਸ਼ ਚੱਲਦੀ ਹੋਊਗੀ ਜਿਹੜਾ ਬੰਦਾ ਐਨਆਰਆਈ ਆ ਕੋਈ ਵੀ ਦਿਨ ਦੇ ਲਈ ਪੰਜਾਬ ਦੇ ਵਿੱਚ ਆਇਆ ਉਹ ਵਿਚਾਰਾ ਰੁੱਗਣ ਜਿੱਤੀਆਂ ਕਿੰਨੀਆਂ ਕਸਤਾਂ ਹੋਣੀਆਂ ਤੇ ਤਾਂ ਬਾਤ ਹੀ ਕੋਈ ਨਹੀਂ ਪੁੱਛਦਾ ਹੋਣਾ ਸੋ ਇਹ ਇੱਕ ਬੜੀ ਮਹੱਤਵਪੂਰਨ ਗੱਲ ਆ ਵੀ ਇਸ ਵੇਲੇ ਪੰਜਾਬ ਦੇ ਵਿਧਾਇਕਾਂ ਦੇ ਕਹੇ ਤੇ ਕੰਮ ਕਿਉਂ ਨਹੀਂ ਹੋ ਰਿਹਾ ਮੇਰੇ ਤਿੰਨ ਚਾਰ ਵੱਖ-ਵੱਖ ਥਾਵਾਂ ਤੋਂ ਮਿੱਤਰ ਨੇ ਉਹਨਾਂ ਨੇ ਮੈਨੂੰ ਆਪੋ ਆਪਣੇ ਖੇਤਰ ਦੇ ਵਿਧਾਇਕਾਂ ਦੇ ਨਾਲ ਹੋਈ ਗੱਲਬਾਤ ਦਾ ਵੀਰਵਾ ਦੱਸਿਆ ਉਹ ਕਹਿੰਦੇ ਬਾਈ ਜੀ ਸਾਡੇ ਪਿੰਡ ਦੇ ਵਿੱਚ ਗਲੀ ਦਾ ਮਸਲਾ ਸੀ ਗਲੀ ਦਾ ਕੁਝ ਵਿਵਾਦ ਪੈਦਾ ਹੋ ਗਿਆ ਅਗਲੇ ਘਰ ਕਹਿੰਦੇ ਵੀ ਭਾਈ ਇਧਰ ਦੇਣੀ ਨੰਗਣ ਦੇਣਾ ਪਾਣੀ ਅਸੀਂ ਐ ਇਹ ਨੂੰ ਕਰ ਦੇਣਾ ਕੁਛ ਏਦਾਂ ਦੀਆਂ ਗੱਲਾਂ ਜਿਹੜੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਤਾਂ ਨਿੱਕੀਆਂ ਜਿਹੀਆਂ ਗੱਲਾਂ ਟੁੱਟੜੀਆਂ ਜਿਹੀਆਂ ਗੱਲਾਂ ਪਰ ਇਹ ਮੁੱਦੇ ਬਹੁਤ ਵੱਡੇ ਬਣ ਜਾਂਦੇ ਕਿਉਂਕਿ ਹੈਂਕੜ ਦੀ ਗੱਲ ਵੀ ਹੁੰਦੀ ਹੈ ਵੀ ਮੈਂ ਪੁਗਾ ਲਈ ਮੇਰੀ ਪੁਗ ਗਈ ਉਹ ਇਹ ਮਸਲੇ ਜਿਹੜੇ ਵਿਧਾਇਕ ਸਾਹਿਬ ਦੇ ਕੋਲੇ ਗਏ ਵਿਧਾਇਕ ਸਾਹਿਬ ਨੇ 4-4 5-5 ਮੀਟਿੰਗਾਂ ਕੀਤੀਆਂ ਤੇ ਅਫਸਰ شاہੀ ਨੂੰ ਫੋਨ ਵੀ ਕਰਤੇ ਵੀ ਨਹੀਂ ਨਹੀਂ ਗਲੀ ਇਉਂ ਬਣ ਜਾਣੀ ਚਾਹੀਦੀ ਆ ਵਿਧਾਇਕ ਦੀ ਸੁਣੀ ਨਹੀਂ ਗਈ ਵਿਧਾਇਕ ਨੂੰ ਪੁੱਛਦਾ ਕੋਈ ਨਹੀਂ ਵਿਧਾਇਕ ਦੇ ਕੋਲੇ ਲੋਕ ਜਾਂਦੇ ਹੀ ਨਹੀਂ ਉਹ ਕਹਿੰਦਾ ਕੰਮ ਕਿਹੜਾ ਹੋਣਾ ਵਿਧਾਇਕ ਸਾਹਿਬ ਦੇ ਕਹੇ ਤੇ ਐਵੇਂ ਹੀ ਇੱਕ ਹੋਰ ਦੋਸਤ ਨੇ ਕਿਹਾ ਕਿ ਸਾਡਾ ਇੱਕ ਵਾਜਬ ਮਸਲਾ ਸੀ ਤੇ ਥਾਣੇ ਦੇ ਵਿੱਚ ਫੋਨ ਕਰਵਾਇਆ ਤੇ ਉੱਥੇ ਅਧਿਕਾਰੀ ਨੇ ਸੁਣੀ ਨਹੀਂ ਅਫਸਰ ਨੇ ਸੁਣੀ ਨਹੀਂ ਉਹ ਕਹਿੰਦੇ ਫਿਰ ਕੀ ਹੋ ਗਿਆ ਫੋਨ ਤਾਂ ਹੁੰਦੇ ਹੀ ਰਹਿੰਦੇ ਆ ਪਰ ਮੈਂ ਤਾਂ ਐਂ ਕਰੂੰ ਉਹ ਕਹਿੰਨੇ ਵੀ ਸਾਡੇ ਮਸਲੇ ਕਿਹੜੇ ਆ ਜਾਂ ਤਾਂ ਗਲੀ ਨਲੀ ਦਾ ਹੁੰਦਾ ਜਾਂ ਥਾਣੇ 'ਚ ਹੁੰਦਾ ਜਾਂ ਪਟਵਾਰੀ ਤੱਕ ਹੁੰਦਾ ਜਾਂ ਐਸਐਸਪੀ ਦਫ਼ਤਰ ਤੱਕ ਹੁੰਦਾ ਜਾਂ ਇੱਕ ਦੋ ਮਸਲੇ ਹੋਰ ਹੁੰਦੇ ਪੰਜਾਬ ਦੇ ਬਹੁ ਗਿਣਤੀ ਲੋਕਾਂ ਦੇ ਤਾਂ ਮਸਲੀ ਇੰਨੇ ਕ ਇਹ ਮਸਲੇ ਵੀ ਹੱਲ ਨਹੀਂ ਹੋ ਰਹੇ ਪੰਜਾਬ ਦੇ ਕਈ ਵਿਧਾਇਕਾਂ ਦੇ ਕਹਿਣ ਦੇ ਉੱਤੇ ਵਾਜਬ ਕੰਮ ਵੀ ਨਹੀਂ ਹੋ ਰਹੇ ਪੰਜਾਬ ਦੇ ਕਈ ਵਿਧਾਇਕਾਂ ਦੇ ਕਹਿਣ ਦੇ ਉੱਤੇ ਆ ਬਦਲੀ ਬਦਲੀ ਵਾਲੀ ਗੱਲ ਤਾਂ ਆਪਾਂ ਬਹੁਤ ਵੱਡੀ ਮੰਨ ਲੈਣੇ ਆ ਵੀ ਭਾਈ ਇਹਦੀ ਬਦਲੀ ਇੱਥੋਂ ਇੱਥੇ ਕਰ ਲਿਓ ਇਹਦੀ ਬਦਲੀ ਇੱਥੋਂ ਇੱਥੇ ਕਰ ਲਿਓ ਇਹ ਤਾਂ ਬਹੁਤ ਵੱਡਾ ਮੁੱਦਾ ਮੈਂ ਮੰਨਦਾ ਕਿਉਂਕਿ ਜੇਕਰ ਨਿੱਕੇ ਨਿੱਕੇ ਕੰਮ ਨਹੀਂ ਹੁੰਦੇ ਤਾਂ ਇਹ ਵੱਡੇ ਵੱਡੇ ਕੰਮ ਕਿਵੇਂ ਹੋ ਜਾਂਦੇ ਹੋਣਗੇ ਸੋ ਇਸ ਵੇਲੇ ਪੰਜਾਬ ਦੀ ਅਫਸਰਸ਼ਾਹੀ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਕਹੇ ਦੇ ਉੱਤੇ ਵਾਜਬ ਕੰਮ ਕਰੇ ਮੈਂ ਗੈਰਵਾਜਬ ਨਹੀਂ ਕਹਿੰਦਾ ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈ ਤੇ ਵਿਧਾਇਕ ਆ ਜਿਹੜੇ ਪੰਜਾਬ ਦੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਹੀ ਕੁਝ ਵਿਧਾਇਕ ਉਹ ਭਰੇ ਮਨ ਦੇ ਨਾਲ ਕਈ ਵਾਰੀ ਦੋਸਤਾ ਮਿੱਤਰਾਂ ਕੋਲੇ ਕਹਿ ਬੰਦੇ ਵੀ ਯਾਰ ਸਾਡੀ ਪੇਸ਼ ਨਹੀਂ ਚੱਲਦੀ ਅਸੀਂ ਕਿਹਨੂੰ ਕਹੀਏ ਕੁਛ ਪਰ ਜੇਕਰ ਉਹਨਾਂ ਦੀ ਪੇਸ਼ ਨਹੀਂ ਚੱਲਦੀ ਤਾਂ ਫਿਰ ਆਮ ਲੋਕਾਂ ਦੀ ਪੇਸ਼ ਕਿੱਥੇ ਚੱਲਦੀ ਹੋਊਗੀ ਗੱਲ ਸਿਰਫ ਇੰਨੀ ਹੈ ਸੋਚਨ ਵਿਚਾਰਨ ਵਾਲੀ ਗੱਲ ਆ ਵੀ ਬਣੂਗਾ ਕੀ ਹੁੰਦੇ ਸਮੇਂ ਦੇ ਵਿੱਚ ਪਰ ਇੱਕ ਜਾਣਕਾਰੀ ਹੋਰ ਹੈ ਵੀ ਲੰਘੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਯਾਨੀ ਰਕਵੀਰ ਸਿੰਘ ਇਹ ਦੋਨੋਂ ਸ਼ਖਸੀਤਾਂ ਜਿਹੜੀਆਂ ਉਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਵਿੱਚ ਨਤਮਸਤਕ ਹੋਈਆਂ ਉਸ ਤੋਂ ਬਾਅਦ ਇਹ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਮਿਲ ਕੇ ਆਈਆਂ ਦਰਬਾਰ ਸਾਹਿਬ ਦੇ ਵਿੱਚੋਂ ਲੈ ਕੇ ਗਏ ਸੀ ਨਾਲ ਆਪਣੇ ਸਰੋਵਰ ਦਾ ਜਲ ਤੇ ਪ੍ਰਸ਼ਾਦ ਉਹ ਵੀ ਉਹਨਾਂ ਨੂੰ ਦਿੱਤਾ ਹੈਗਾ ਤੇ ਪੱਤਰਕਾਰਾਂ ਨੇ ਸਵਾਲ ਕੀਤਾ ਧਾਮੀ ਸਾਹਿਬ ਨੂੰ ਵੀ ਕੀ ਕਾਰਨ ਕਿਉਂ ਗਏ ਆ ਉਹ ਕਹਿੰਨੇ ਦੇਖੋ ਜੀ ਇਹ ਇੱਕ ਪਰਿਵਾਰਕ ਮਿਲਣੀ ਆ ਇਹਦੇ ਪਿੱਛੇ ਕੋਈ ਸਿਆਸੀ ਕਾਰਨ ਨਹੀਂਗਾ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਕੰਮਕਾਜ ਕਰਦੀ ਆ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਤੱਕ ਬੰਦੀ ਸਿੰਘਾਂ ਦੇ ਬਾਰੇ ਗੱਲਬਾਤ ਕਰਨੀ ਆਈ ਆ ਇਹ ਉਸ ਪ੍ਰਕਿਰਿਆ ਦਾ ਇੱਕ ਹਿੱਸਾ ਹੈ ਦਾ ਕੋਈ ਹੋਰ ਕਾਰਨ ਨਹੀਂਗਾ ਇਹ ਪਰਿਵਾਰ ਦੇ ਤੌਰ ਦੇ ਉੱਤੇ ਮੁਲਾਕਾਤ ਹੋਈ ਆ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ 30 ਅਗਸਤ ਨੂੰ ਕੀ ਬਣੂਗਾ 30 ਅਗਸਤ ਨੂੰ ਜਥੇਦਾਰ ਸਹਿਬਾਨ ਦੀ ਇੱਕ ਇਕੱਤਰਤਾ ਹੋਣੀ ਆ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਦੀ ਇੱਕ ਇਕੱਤਰਤਾ ਹੋਣੀ ਆ ਉਸ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਮਾਫੀ ਨਾਮੇ ਨੂੰ ਸਵੀਕਾਰ ਕੀਤਾ ਜਾਂਦਾ ਇਨਕਾਰ ਕਰ ਦਿੱਤਾ ਜਾਂਦਾ ਧਾਰਮਿਕ ਸਜ਼ਾ ਲਾਈ ਜਾਂਦੀ ਆ ਜਾਂ ਕੁਝ ਹੋਰ ਹੁੰਦਾ ਇਹਦੇ ਬਾਰੇ ਪਤਾ ਲੱਗਣਾ ਵੈਸੇ ਤਾਂ ਆਪਾਂ ਜਾਣਦੇ ਆ ਕਿ ਧਾਰਮਿਕ ਸਜ਼ਾ ਕਿਹੜੀ ਹੁੰਦੀ ਆ ਅਸੀਂ ਹਰ ਰੋਜ਼ ਪਾਠ ਕਰਦੇ ਆ ਜੇ ਮੈਨੂੰ ਇਹ ਗੱਲ ਕਹੀ ਜਾਵੇ ਜਿਕੇ ਤੁਸੀਂ ਇੰਨੇ ਪਾਠ ਕਰਨੇ ਕੋਈ ਸਜ਼ਾ ਥੋੜੀ ਆ ਇਹ ਤਾਂ ਮੇਰੀ ਸ਼ਰਧਾ ਜੋੜੇ ਸੰਗਤ ਇੰਨੀ ਸਾਫ਼ ਕਰ ਲਈ ਆ ਪਰ ਜੇ ਗੱਲ ਕਹੀ ਜਾਵੇ ਕਿ ਜੋੜੇ ਸਾਫ਼ ਕਰਨੇ ਤੁਹਾਨੂੰ ਸਜ਼ਾ ਲੱਗ ਗਈ ਆ ਤੇ ਜਿਹੜੀ ਸੰਗਤ ਪਹਿਲਾਂ ਜੋੜੇ ਸਾਫ਼ ਕਰਨੀ ਸਜ਼ਾ ਥੋੜੀ ਲੱਗੀ ਆ ਇਹ ਸਮੇਂ-ਸਮੇਂ ਦੇ ਉੱਤੇ ਇਦਾਂ ਦੇ ਨੁਕਤੇ ਉੱਠੇ ਆ ਪਰ ਵੀ ਇਹਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇੰਨੀ ਗੱਲ ਜ਼ਰੂਰ ਆ ਜੀ ਕਿ 30 ਅਗਸਤ ਨੂੰ ਪਤਾ ਲੱਗ ਜਾਣਾ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਸਲੇ ਦੇ ਉੱਤੇ ਕੀ ਫੈਸਲਾ ਹੁੰਦਾ ਕੀ ਜਥੇਦਾਰ ਸਹਿਬਾਨ ਸੁਖਬੀਰ ਸਿੰਘ ਬਾਦਲ ਦੀ ਮਾਫੀ ਨਾਲ ਸੰਤੁਸ਼ਟ ਹੁੰਦੇ ਨੇ ਜਾਂ ਅਸੰਤੁਸ਼ਟ ਹੁੰਦੇ ਨੇ ਤੇ ਜੇਕਰ ਜਥੇਦਾਰ ਸਹਿਬਾਨ ਸੰਤੁਸ਼ਟ ਹੋ ਜਾਂਦੇ ਆ ਜਾਂ ਸੁਖਬੀਰ ਨੂੰ ਕੋਈ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਤਾਂ ਬਗਾਵਤ ਕਰਨ ਵਾਲੇ ਅਕਾਲੀ ਦਲ ਦੇ ਆਗੂ ਕਿਹੜਾ ਰਾਹ ਅਖਤਿਆਰ ਕਰਦੇ ਆ ਇਹ ਵੀ ਉਸੇ ਰਣ ਪਤਾ ਲੱਗਣਾ ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਹੋ ਸਕਦੀ ਸੀ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ